ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ। ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ, ਆਪਣੀ ਜ਼ਿੰਦਗੀ ਨੂੰ ਸੋਹਣਾ ਅਤੇ ਸੌਖਾ ਕਿੰਝ ਬਣਾਈਏ। ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਸੋਹਣਾ ਅਤੇ ਸੌਖਾ ਬਣਾਉਣ ਦੇ ਲਈ ਆਪਾਂ ਆਪ ਜੀ ਦੇ ਨਾਲ 5-6 ਨੁਕਤੇ ਸਾਂਝੇ ਕਰਾਂਗੇ। ਜੇਕਰ ਇਹਨਾਂ ਨੂੰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣੇ ਆ ਤਾਂ ਸੱਚ ਕਰਕੇ ਜਾਣਿਓ, ਸਾਡੀ ਜ਼ਿੰਦਗੀ ਦਿਨੋ ਦਿਨ ਬਿਹਤਰ ਤੋਂ ਬਿਹਤਰ ਹੁੰਦੀ ਜਾਵੇਗੀ। ਸਾਡੇ ਵਿੱਚ ਬਹੁਤ ਚੰਗੇ ਬਦਲਾਵ ਆਉਣਗੇ ਅਤੇ ਇਹ ਬਦਲਾਵ ਸਾਨੂੰ ਕਾਮਯਾਬ ਬਣਾਉਣਗੇ, ਖੁਸ਼ ਰੱਖਣਗੇ। ਤਾਂ ਫਿਰ ਆਓ ਅੱਜ ਦੀ ਵੀਡੀਓ ਦੇ ਰਾਹੀਂ ਜਾਣਦੇ ਆ ਕਿ ਇਹ ਕਿਹੜੇ ਨੁਕਤੇ ਨੇ ਜਾਂ ਕਿਹੜੀਆਂ ਆਦਤਾਂ ਨੇ। ਤਾਂ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਿਓ। ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ, ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਅੱਗੇ ਬੇਨਤੀ ਆ ਕਿ ਆਓ ਇੱਕ ਵਾਰ ਸਾਰੇ ਰਲ ਕੇ ਮੂਲ ਮੰਤਰ ਜੀ ਦਾ ਜਾਪ ਕਰ ਲਈਏ। ਆਪਣੇ ਦਿਨ ਦੀ ਸ਼ੁਰੂਆਤ ਮੂਲ ਮੰਤਰ ਜੀ ਦੇ ਜਾਪ ਤੋਂ ਕਰੀਏ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੇਵਾ ਗੁਰਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇਸ ਤਰ੍ਹਾਂ ਜਦੋਂ ਆਪਾਂ ਸਵੇਰੇ ਉੱਠ ਕੇ ਵਾਹਿਗੁਰੂ ਜੀ ਦਾ ਨਾਮ ਜਪਦੇ ਹਾਂ, ਗੁਰਬਾਣੀ ਦਾ ਪਾਠ ਕਰਦੇ ਹਾਂ ਤਾਂ ਸਾਡੇ ਮਨ ਨੂੰ ਸਕੂਨ ਮਿਲਦਾ ਹੈ, ਸਾਡਾ ਮਨ ਸ਼ਾਂਤੀ ਸਕੂਨ ਦੇ ਨਾਲ ਭਰ ਜਾਂਦਾ ਹੈ। ਸਾਨੂੰ ਇੱਕ ਊਰਜਾ ਐਨਰਜੀ ਇੱਕ ਤਾਕਤ ਮਿਲਦੀ ਹੈ ਜਿਹਦੇ ਨਾਲ ਸਾਡਾ ਪੂਰਾ ਦਿਨ ਬੜਾ ਸੋਹਣਾ ਬੀਤਦਾ ਹੈ। ਤਾਂ ਸਭ ਤੋਂ ਪਹਿਲੀ ਜ਼ਰੂਰੀ ਆਦਤ ਤਾਂ ਇਹੀ ਆ ਕਿ ਜਦੋਂ ਆਪਾਂ ਸਵੇਰੇ ਉੱਠਣਾ ਹੈ ਨਾ, ਉੱਠਦਿਆਂ ਸਾਰ ਸਭ ਤੋਂ ਪਹਿਲਾਂ ਨਾਮ ਜਪਣਾ ਹੈ। ਅੱਖਾਂ ਖੋਲ੍ਹਣ ਤੋਂ ਪਹਿਲਾਂ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਵੇ, ਵਾਹਿਗੁਰੂ ਜੀ ਦਾ ਜਾਪ ਕਰਦੇ ਕਰਦੇ ਅੱਖਾਂ ਖੋਲ੍ਹੀਏ, ਫਿਰ ਮਾਲਕ ਦਾ ਸ਼ੁਕਰਾਨਾ ਕਰੀਏ। ਮੂਲ ਮੰਤਰ ਜੀ ਦਾ ਜਾਪ ਆਪਾਂ ਸਵੇਰੇ ਉੱਠ ਕੇ ਵੀ ਕਰਨਾ ਹੈ, ਰਾਤ ਨੂੰ ਸੌਣ ਤੋਂ ਪਹਿਲਾਂ ਵੀ ਕਰਨਾ ਹੈ, ਅਤੇ ਫਿਰ ਉਸ ਤੋਂ ਬਾਅਦ ਕਿ ਸਵੇਰੇ ਸਵੇਰ ਦਾ ਇਸ਼ਨਾਨ ਜ਼ਰੂਰ ਕਰਨਾ ਹੈ। ਕਿਉਂਕਿ ਜਦੋਂ ਆਪਾਂ ਸਵੇਰੇ ਸਵੇਰੇ ਇਸ਼ਨਾਨ ਕਰਦੇ ਹਾਂ ਤਾਂ ਸਾਡਾ ਸਾਰਾ ਆਲਸ ਸਾਰੀ ਸੁਸਤੀ ਲੈ ਜਾਂਦੀ ਆ, ਅਸੀਂ ਚੁਸਤੀ ਫੁਰਤੀ ਦੇ ਵਿੱਚ ਆ ਜਾਂਦੇ ਹਾਂ। ਫਿਰ ਅਸੀਂ ਪਾਠ ਵੀ ਵਧੀਆ ਤਰੀਕੇ ਦੇ ਨਾਲ ਕਰ ਪਾਉਂਦੇ ਹਾਂ ਅਤੇ ਆਪਣੇ ਕੰਮਾਂ ਕਾਰਾਂ ਨੂੰ ਵੀ ਵਧੀਆ ਤਰੀਕੇ ਦੇ ਨਾਲ ਕਰ ਪਾਉਂਦੇ ਹਾਂ। ਇਸ ਲਈ ਸਵੇਰੇ ਜਲਦੀ ਉੱਠਣਾ ਹੈ, ਕਿਉਂਕਿ ਜਲਦੀ ਉੱਠਣਾ ਵੀ ਜ਼ਰੂਰੀ ਆ। ਇਹ ਨਹੀਂ ਆ ਵੀ ਆਪਾਂ 7-8 ਵਜੇ ਉੱਠੇ, ਨਾ, ਅੰਮ੍ਰਿਤ ਵੇਲੇ ਦੇ ਵਿੱਚ ਉੱਠਣਾ ਹੈ। ਜਦੋਂ ਹੀ ਅਸੀਂ ਸਵੇਰੇ ਜਲਦੀ ਉੱਠਣ ਦੀ ਆਦਤ ਪਾ ਲਈ, ਉੱਠਦਿਆਂ ਸਾਰ ਨਾਮ ਜਪਣ ਦੀ ਆਦਤ ਪਾ ਲਈ ਅਤੇ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ, ਗੁਰੂ ਦਾ ਗਿਆਨ ਹਾਸਲ ਕਰਨਾ ਸ਼ੁਰੂ ਕਰ ਦਿੱਤਾ, ਤਾਂ ਇਹਨਾਂ 3 ਆਦਤਾਂ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਚਮਤਕਾਰੀ ਬਦਲਾਵ ਆਉਂਦੇ ਨੇ। ਕਿਉਂਕਿ ਗੁਰਬਾਣੀ ਦਾ ਗਿਆਨ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਦੱਸਦਾ ਹੈ, ਸਾਨੂੰ ਚੰਗੇ ਮਾੜੇ ਦਾ ਗਿਆਨ ਕਰਵਾਉਂਦਾ ਹੈ, ਸਾਨੂੰ ਪਤਾ ਲੱਗਦਾ ਹੈ ਕਿ ਕਿਹੜੇ ਕੰਮ ਕਰਕੇ ਸਾਡੇ ਚੰਗੇ ਕਰਮ ਬਣਨਗੇ ਅਤੇ ਕਿਹੜੇ ਕੰਮ ਕਰਕੇ ਅਸੀਂ ਮਾੜੇ ਕਰਮਾਂ ਵੱਲ ਜਾਂਦੇ ਹਾਂ। ਸੋ ਇਸ ਕਰਕੇ ਸਵੇਰੇ ਜਲਦੀ ਉੱਠਣਾ ਹੈ, ਉੱਠਦਿਆਂ ਸਾਰ ਪਹਿਲਾਂ ਵਾਹਿਗੁਰੂ ਜੀ ਦਾ ਨਾਮ ਜਪੋ, ਸਿਮਰਨ ਕਰੋ, ਮਾਲਕ ਦਾ ਸ਼ੁਕਰਾਨਾ, ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ। ਅਤੇ ਸਵੇਰ ਦੀ ਸੈਰ ਸਾਡੇ ਲਈ ਬਹੁਤ ਜ਼ਰੂਰੀ ਆ। ਜਦੋਂ ਆਪਾਂ ਸਵੇਰੇ ਉੱਠ ਕੇ ਸੈਰ ਕਰਦੇ ਹਾਂ, ਕਸਰਤ ਕਰਦੇ ਹਾਂ, ਯੋਗਾ ਕਰਦੇ ਹਾਂ,
ਤਾਂ ਇਹਦੇ ਨਾਲ ਸਾਡਾ ਤਨ ਅਤੇ ਮਨ ਦੋਵੇਂ ਹੀ ਤੰਦਰੁਸਤ ਨਰੋਏ ਰਹਿੰਦੇ ਆ। ਅਤੇ ਜੇ ਆਪਾਂ ਚਾਹੁੰਦੇ ਹਾਂ ਨਾ ਕਿ ਅਸੀਂ ਹਰ ਇੱਕ ਕੰਮ ਦੇ ਵਿੱਚ ਆਪਣਾ ਬੈਸਟ ਕਰ ਸਕੀਏ, ਹਰ ਇੱਕ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਈਏ, ਹਰ ਇੱਕ ਕੰਮ ਨੂੰ ਚਾਅ ਉਤਸ਼ਾਹ ਦੇ ਨਾਲ ਕਰੀਏ, ਪੂਰੀ ਮਿਹਨਤ ਲਾ ਕੇ ਕਰੀਏ, ਤਾਂ ਉਹਦੇ ਲਈ ਸਾਡਾ ਤਨ ਅਤੇ ਮਨ ਦੋਵੇਂ ਤੰਦਰੁਸਤ ਨਰੋਏ ਹੋਣੇ ਜ਼ਰੂਰੀ ਆ। ਕਿਉਂਕਿ ਜੇ ਮਨ ਉਦਾਸ ਹੋਇਆ, ਮਨ ਦੇ ਉੱਤੇ ਕੋਈ ਬੋਝ ਚਿੰਤਾ ਹੋਈ, ਤਾਂ ਸਾਡੇ ਸਰੀਰ ਨੇ ਵੀ ਕੰਮ ਨਹੀਂ ਕਰਨਾ। ਤਨ ਅਤੇ ਮਨ ਦੋਵੇਂ ਹੀ ਤੰਦਰੁਸਤ ਨਰੋਏ ਹੋਣ ਤਾਂ ਸਾਡੇ ਕੰਮਾਂ ਦੇ ਵਿੱਚ ਸਫਲਤਾ ਦੀ ਗੁੰਜਾਇਸ਼ ਵੱਧ ਜਾਂਦੀ ਆ। ਅਸੀਂ ਆਪਣੇ ਹਰ ਇੱਕ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਉਂਦੇ ਹਾਂ, ਤਾਂ ਸਵੇਰੇ ਉੱਠ ਕੇ ਸੈਰ ਕਰਨੀ ਆ, ਕਸਰਤ ਕਰਨੀ ਆ, ਯੋਗਾ ਕਰਨਾ ਹੈ, ਅਤੇ ਸਵੇਰੇ ਸਵੇਰ ਦੀ ਜਿਹੜੀ ਸੈਰ ਆ ਨਾ ਉਹ ਵੀ ਜੇਕਰ ਆਪਾਂ ਸਿਮਰਨ ਕਰਦੇ ਹੋਏ ਕਰੀਏ, ਵਾਹਿਗੁਰੂ ਕਰਦੇ ਹੋਏ ਕਰੀਏ, ਤਾਂ ਸੋਨੇ ਦੇ ਉੱਤੇ ਸੁਹਾਗਾ ਹੋ ਜਾਂਦਾ ਹੈ, ਨਾਲੇ ਪੁੰਨ ਅਤੇ ਨਾਲੇ ਫਲੀਆਂ। ਇੱਕ ਤਾਂ ਸਿਹਤ ਤੰਦਰੁਸਤ ਰਹੇਗੀ ਅਤੇ ਨਾਲ ਨਾਲ ਅਸੀਂ ਨਾਮ ਜਪ ਜਪ ਕੇ ਆਪਣੇ ਕਰਮ ਵੀ ਸਵਾਰ ਰਹੇ ਹੋਵਾਂਗੇ, ਆਪਣਾ ਮਨ ਵੀ ਮਜ਼ਬੂਤ ਕਰ ਰਹੇ ਹਾਂ। ਤਾਂ ਇਸ ਕਰਕੇ ਨਾਮ ਜਪਦਿਆਂ ਜਪਦਿਆਂ ਹੀ ਸਵੇਰ ਦੀ ਸੈਰ ਕਰ ਲਈਏ, ਫਿਰ ਜਦੋਂ ਆਪਣੇ ਕੰਮ ਧੰਦੇ ਕਰਨੇ ਆ, ਕੰਮ ਧੰਦੇ ਕਰਦੇ ਹੋਏ ਵੀ ਨਾਮ ਜਪੀਏ, ਅਤੇ ਸਵੇਰੇ ਸਵੇਰ ਆਪਣੇ ਮਨ ਦੇ ਉੱਤੇ ਕੋਈ ਵੀ ਬੋਝ ਚਿੰਤਾ ਨਹੀਂ ਆਉਣ ਦੇਣੀ। ਕਿਉਂਕਿ ਸਾਨੂੰ ਹਮੇਸ਼ਾ ਇੱਕ ਗੱਲ ਸਮਝਾਈ ਜਾਂਦੀ ਆ ਕਿ ਸਾਡੇ ਦਿਨ ਦੀ ਸ਼ੁਰੂਆਤ ਹੀ ਸਾਡਾ ਪੂਰਾ ਦਿਨ ਤੈਅ ਕਰਦੀ ਆ। ਜੇ ਸਵੇਰੇ ਉੱਠਦਿਆਂ ਸਾਰ ਸਾਡਾ ਮਨ ਖੁਸ਼ ਆ, ਗੁਰੂ ਚਰਨਾਂ ਦੇ ਨਾਲ ਜੁੜਿਆ ਹੋਇਆ ਹੈ, ਤਾਂ ਅਸੀਂ ਸਾਰਾ ਦਿਨ ਖੁਸ਼ ਰਹਾਂਗੇ, ਸਾਰੇ ਕੰਮਾਂ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਵਾਂਗੇ। ਪਰ ਜੇਕਰ ਸਵੇਰੇ ਉੱਠਦਿਆਂ ਸਾਰ ਹੀ ਸਾਡਾ ਮਨ ਉਦਾਸ ਹੋਇਆ, ਕਿਸੇ ਨਾ ਕਿਸੇ ਗੱਲ ਦੀ ਕੋਈ ਚਿੰਤਾ ਪਰੇਸ਼ਾਨੀ ਹੋਈ, ਤਾਂ ਫਿਰ ਪੂਰਾ ਦਿਨ ਉਸੇ ਤਰ੍ਹਾਂ ਚਿੰਤਾਵਾਂ ਪਰੇਸ਼ਾਨੀਆਂ ਉਦਾਸੀ ਦੇ ਵਿੱਚ ਲੰਘ ਜਾਂਦਾ ਹੈ। ਤਾਂ ਸਵੇਰੇ ਸਵੇਰ ਆਪਣੇ ਮਨ ਨੂੰ ਗੁਰੂ ਚਰਨਾਂ ਨਾਲ ਜੋੜ ਕੇ ਰੱਖਣਾ ਹੈ, ਆਪਣੇ ਮਨ ਦੇ ਉੱਤੇ ਕੋਈ ਬੋਝ ਚਿੰਤਾ ਵਾਲੀ ਗੱਲ ਨਹੀਂ ਆਉਣ ਦੇਣੀ, ਆਪਣੇ ਮਨ ਨੂੰ ਸਵੇਰੇ ਸਵੇਰ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰ ਲੈਣਾ ਹੈ। ਕਿਉਂਕਿ ਵਿਦਵਾਨ ਵੀ ਇਸ ਗੱਲ ਨੂੰ ਮੰਨਦੇ ਆ ਕਿ ਜੋ ਮੈਸੇਜ ਆਪਾਂ ਆਪਣੇ ਮਨ ਨੂੰ ਦਿੰਦੇ ਹਾਂ ਨਾ, ਸਾਡਾ ਮਨ ਉਸੇ ਤਰੀਕੇ ਦੇ ਨਾਲ ਸਾਡੇ ਲਈ ਕੰਮ ਕਰਦਾ ਹੈ। ਤਾਂ ਜੇ ਆਪਾਂ ਚਾਹੁੰਦੇ ਹਾਂ ਵੀ ਸਾਡੇ ਨਾਲ ਸਭ ਕੁਝ ਵਧੀਆ ਵਧੀਆ ਹੋਵੇ, ਤਾਂ ਸਵੇਰੇ ਉੱਠਦਿਆਂ ਸਾਰ ਆਪਣੇ ਮਨ ਨੂੰ ਸੋਹਣੇ ਸੋਹਣੇ ਮੈਸੇਜ ਦੇਣੇ ਆ। ਆਪਣੇ ਮਨ ਨੂੰ ਇਹ ਮੈਸੇਜ ਦੇਣਾ ਹੈ ਕਿ ਮੈਂ ਇੱਕ ਸ਼ਾਂਤ ਆਤਮਾ ਹਾਂ, ਮੈਂ ਖੁਸ਼ ਆਤਮਾ ਹਾਂ, ਮੈਂ ਸਭ ਕੁਝ ਕਰ ਸਕਦਾ ਹਾਂ, ਕਿਉਂਕਿ ਮੇਰੇ ਸਿਰ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਦਾ ਮਿਹਰ ਭਰਿਆ ਹੱਥ ਆ, ਮੇਰੇ ਅੱਗੇ ਕੋਈ ਵੀ ਕੰਮ ਨਹੀਂ ਅੜਦਾ, ਸਤਿਗੁਰ ਸੱਚੇ ਪਾਤਸ਼ਾਹ ਮੇਰੇ ਹਰ ਇੱਕ ਕੰਮ ਦੇ ਵਿੱਚ ਪ੍ਰਤੱਖ ਵਰਤਦੇ ਨੇ, ਮੈਂ ਤੰਦਰੁਸਤ ਹਾਂ, ਮੈਂ ਖੁਸ਼ ਹਾਂ। ਇਸ ਤਰ੍ਹਾਂ ਨਾ ਜੋ ਜੋ ਵੀ ਤੁਹਾਨੂੰ ਚਾਹੀਦਾ ਹੈ ਉਹਨਾਂ ਚੀਜ਼ਾਂ ਨੂੰ ਆਪਣੇ ਕੋਲ ਮਹਿਸੂਸ ਕਰਨਾ ਹੈ। ਆਪਣੇ ਆਪ ਨੂੰ ਸਵੇਰੇ ਸਵੇਰ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰਾਂਗੇ ਤਾਂ ਸਮਝੋ ਪੋਜ਼ਿਟਿਵ ਊਰਜਾ ਐਨਰਜੀ ਦੇ ਨਾਲ ਭਰ ਗਏ। ਪਰ ਜਿਹੜੇ ਮਨੁੱਖ ਸਵੇਰੇ ਉੱਠਦਿਆਂ ਸਾਰ ਹੀ ਆਪਣੇ ਵਿੱਚੋਂ ਕਮੀਆਂ ਕੱਢਦੇ ਨੇ, ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਨੇ, ਉਹ ਫਿਰ ਪੂਰਾ ਦਿਨ ਇਹੀ ਕੰਮ ਕਰਦੇ ਰਹਿੰਦੇ ਆ। ਕਿਉਂਕਿ ਕਈ ਭੈਣ ਭਰਾਵਾਂ ਦੀ ਆਦਤ ਹੈ ਨਾ ਕਿ ਸਵੇਰੇ ਉੱਠਦਿਆਂ ਸਾਰ ਜਦੋਂ ਮੂੰਹ ਧੋਣ ਦੇ ਲਈ ਜਾਣਾ ਹੈ ਤਾਂ ਸ਼ੀਸ਼ੇ ਅੱਗੇ ਖੜ ਕੇ ਆਪਣੇ ਆਪ ਦੇ ਵਿੱਚੋਂ ਹੀ ਕਈ ਕਮੀਆਂ ਕੱਢ ਦੇਣੀਆਂ ਕਿ ਮੇਰਾ ਰੰਗ ਕਿਹੋ ਜਿਹਾ ਹੈ, ਮੇਰਾ ਨੈਣ ਨਕਸ਼ ਕਿੱਦਾਂ ਦੇ ਨੇ, ਆਪਣੇ ਆਪ ਦੇ ਵਿੱਚੋਂ ਹੀ ਕਮੀਆਂ ਕੱਢਣੀਆਂ, ਤਾਂ ਇਹ ਬਹੁਤ ਮਾੜੀ ਆਦਤ ਆ। ਆਪਣੇ ਆਪ ਦੀ ਨਾ ਤਾਂ ਕਦੇ ਕਿਸੇ ਦੇ ਨਾਲ ਤੁਲਨਾ ਕਰਨੀ ਚਾਹੀਦੀ ਹੈ, ਨਾ ਹੀ ਆਪਣੇ ਆਪ ਨੂੰ ਨੀਚਾ ਦਿਖਾਉਣਾ ਹੈ। ਕਿਉਂਕਿ ਜਦੋਂ ਸਵੇਰੇ ਸਵੇਰੇ ਉੱਠ ਕੇ ਆਪਣੇ ਆਪ ਦੇ ਵਿੱਚੋਂ ਕਮੀਆਂ ਕੱਢਦੇ ਹਾਂ ਤਾਂ ਉਹ ਆਪਣੇ ਆਪ ਨੂੰ ਨੀਚਾ ਦਿਖਾਉਣਾ ਹੀ ਹੁੰਦਾ ਹੈ। ਹਾਂ, ਜੇ ਕਮੀਆਂ ਕੱਢਣੀਆਂ ਤਾਂ ਆਪਣੀਆਂ ਮਾੜੀਆਂ ਆਦਤਾਂ ਛੱਡੀਏ, ਮਾੜੀਆਂ ਆਦਤਾਂ ਨੂੰ ਜਾਣ ਲਿਆ ਤਾਂ ਬਸ ਉਹਨਾਂ ਨੂੰ ਛੱਡਣਾ ਸ਼ੁਰੂ ਕਰੋ, ਛੱਡਣ ਦੀ ਕੋਸ਼ਿਸ਼ ਕਰੋ। ਪਰ ਇਹ ਨਹੀਂ ਹੈ ਵੀ ਆਪਣੇ ਸਰੀਰਕ ਬਣਤਰ ਨੂੰ ਲੈ ਕੇ ਹੀ ਗਿਲੇ ਸ਼ਿਕਵੇ ਸ਼ਿਕਾਇਤਾਂ ਆਪਣੇ ਆਪ ਨੂੰ ਕੋਸਦੇ ਰਹਿਣਾ ਕਿ ਮੈਂ ਫਲਾਣੇ ਵਰਗਾ ਹੋਣਾ ਚਾਹੀਦਾ ਸੀ, ਨਾ।
ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਜੋ ਸਰੀਰ ਸਾਨੂੰ ਦਿੱਤਾ ਹੈ ਨਾ, ਕੁਝ ਸੋਚ ਸਮਝ ਕੇ ਦਿੱਤਾ ਹੈ, ਜੋ ਵੀ ਸਾਡਾ ਰੰਗ ਰੂਪ ਆ ਦੇਖਿਆ, ਇਹ ਸਤਿਗੁਰ ਸੱਚੇ ਪਾਤਸ਼ਾਹ ਦੀ ਬਣਾਈ ਹੋਈ ਰਚਨਾ ਹੈ ਅਤੇ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਦੀ ਬਣਾਈ ਹੋਈ ਕੋਈ ਵੀ ਰਚਨਾ ਕਦੇ ਮਾੜੀ ਹੋ ਹੀ ਨਹੀਂ ਸਕਦੀ। ਤਾਂ ਇਸ ਕਰਕੇ ਅਸੀਂ ਜਿਹੋ ਜਿਹੇ ਵੀ ਹਾਂ, ਅਸੀਂ ਬੜੇ ਸੋਹਣੇ ਹਾਂ, ਅਸੀਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੇ ਪਿਆਰੇ ਹਾਂ, ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਬਣਾਇਆ ਹੈ। ਇਹ ਰੰਗ ਰੂਪ ਨੈਣ ਨਕਸ਼ ਸਭ ਸਤਿਗੁਰ ਸੱਚੇ ਪਾਤਸ਼ਾਹ ਨੇ ਹੀ ਸਾਨੂੰ ਦਿੱਤਾ ਹੈ। ਤਾਂ ਕਦੇ ਵੀ ਇਹਦੇ ਵਿੱਚੋਂ ਨੁਕਸ ਨਹੀਂ ਕੱਢਣੇ, ਆਪਣੇ ਆਪ ਨੂੰ ਨੀਚਾ ਨਹੀਂ ਦਿਖਾਉਣਾ, ਰੋਜ਼ ਆਪਣੇ ਆਪ ਦੀ ਪ੍ਰਸ਼ੰਸਾ ਕਰਨੀ ਆ, ਆਪਣੇ ਚੰਗੇ ਕੰਮਾਂ ਦੇ ਲਈ ਆਪਣੇ ਆਪ ਨੂੰ ਸ਼ਾਬਾਸ਼ੀ ਦੇਣੀ ਆ, ਕਿਉਂਕਿ ਖੁਦ ਸ਼ਾਬਾਸ਼ੀ ਦੇਵਾਂਗੇ ਤਾਂ ਹੀ ਦੂਜਿਆਂ ਤੋਂ ਸ਼ਾਬਾਸ਼ੀ ਲੈਣ ਦੇ ਲਾਇਕ ਹੋਵਾਂਗੇ। ਆਪਣੇ ਕਿਸੇ ਵੀ ਗੁਣ ਗਿਆਨ ਦਾ ਹੰਕਾਰ ਮਾਣ ਨਹੀਂ ਕਰਨਾ, ਪਰ ਹਾਂ ਆਪਾਂ ਆਪਣੇ ਆਪ ਨੂੰ ਸ਼ਾਬਾਸ਼ੀ ਦੇ ਸਕਦੇ ਹਾਂ, ਮਾਲਕ ਦਾ ਸ਼ੁਕਰਾਨਾ ਕਰ ਸਕਦੇ ਹਾਂ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਕਿ ਤੁਸੀਂ ਮੈਨੂੰ ਇਹ ਗੁਣ ਦਿੱਤਾ, ਇਹ ਗਿਆਨ ਦਿੱਤਾ। ਪਰ ਮਾਣ ਹੰਕਾਰ ਨਹੀਂ ਕਰਨਾ, ਕਿਉਂਕਿ ਜੇ ਮਾਣ ਹੰਕਾਰ ਕਰ ਲਿਆ ਤਾਂ ਸਮਝੋ ਗਏ, ਆਪਾਂ ਆਪਣੇ ਅੰਦਰੋਂ ਜੋ ਮਾੜੀਆਂ ਆਦਤਾਂ ਨੇ ਨਾ ਉਹਨਾਂ ਨੂੰ ਬਾਹਰ ਕੱਢਣਾ ਹੈ ਅਤੇ ਉਹਦੀ ਜਗ੍ਹਾ 'ਤੇ ਚੰਗੀਆਂ ਆਦਤਾਂ ਅਪਣਾਉਣੀਆਂ ਨੇ। ਅਤੇ ਫਿਰ ਜੇਕਰ ਆਪਾਂ ਇਹ ਕੁਝ ਕੁ ਆਦਤਾਂ ਆਪਣੇ ਆਪ ਦੇ ਵਿੱਚ ਅਪਣਾ ਲਈਏ ਕਿ ਰੋਜ਼ ਸਵੇਰੇ ਜਲਦੀ ਉੱਠੀਏ, ਉੱਠਦਿਆਂ ਸਾਰ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ, ਫਿਰ ਨਾਮ ਜਪਣਾ, ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ, ਗੁਰਬਾਣੀ ਦਾ ਗਿਆਨ ਹਾਸਲ ਕਰਨਾ, ਕਿਉਂਕਿ ਗੁਰਬਾਣੀ ਦਾ ਗਿਆਨ ਅਤੇ ਧਿਆਨ ਸਾਡੀ ਜ਼ਿੰਦਗੀ ਨੂੰ ਸਵਾਰਦਾ ਹੈ। ਫਿਰ ਉਸ ਤੋਂ ਬਾਅਦ ਸਵੇਰ ਦੀ ਸੈਰ ਕਰਨੀ ਆ, ਕਸਰਤ ਕਰਨੀ ਆ, ਤਾਂ ਜੋ ਸਾਡਾ ਸਰੀਰ ਤੰਦਰੁਸਤ ਨਰੋਆ ਰਹਿ ਸਕੇ। ਆਪਣੇ ਖਾਣ ਪੀਣ ਦੀਆਂ ਆਦਤਾਂ ਵੱਲ ਵੀ ਧਿਆਨ ਦੇਣਾ ਹੈ, ਕਿਉਂਕਿ ਸਾਡੇ ਸਰੀਰ ਨੂੰ ਚੰਗੀ ਖੁਰਾਕ ਦੀ ਵੀ ਲੋੜ ਆ, ਤਾਂ ਹੀ ਤਾਂ ਊਰਜਾ ਐਨਰਜੀ ਮਿਲੇਗੀ ਨਾ। ਤਾਂ ਚੰਗੀ ਖੁਰਾਕ ਵੀ ਖਾਣੀ ਆ, ਖਾਧੇ ਹੋਏ ਨੂੰ ਪਚਾਉਣਾ ਵੀ ਜ਼ਰੂਰ ਆ। ਇਹ ਨਹੀਂ ਵੀ ਬੈਠੇ ਬੈਠੇ ਚੰਗਾ ਚੋਖਾ ਖਾਈ ਗਏ ਅਤੇ ਉਹਨੂੰ ਪਚਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਕੰਮ ਕੋਈ ਕੀਤਾ ਨਹੀਂ, ਖਾ ਲਿਆ ਜ਼ਿਆਦਾ, ਤਾਂ ਫਿਰ ਉਹ ਜ਼ਿਆਦਾ ਖਾਧਾ ਹੋਇਆ ਵੀ ਨੁਕਸਾਨ ਕਰ ਜਾਂਦਾ ਹੈ। ਖਾਣ ਪੀਣ ਦੀਆਂ ਆਦਤਾਂ ਵਿੱਚ ਸੁਧਾਰ ਕਰਨਾ, ਸੌਣ ਦੀਆਂ ਉੱਠਣ ਦੀਆਂ ਆਦਤਾਂ ਵਿੱਚ ਸੁਧਾਰ ਕਰਨਾ, ਸਮੇਂ ਸਿਰ ਸੌਣਾ ਅਤੇ ਸਮੇਂ ਸਿਰ ਉੱਠਣਾ, ਇਹ ਦੋ ਆਦਤਾਂ ਬਹੁਤ ਕੁਝ ਬਦਲ ਦਿੰਦੀਆਂ ਨੇ। ਹਮੇਸ਼ਾ ਸਰਬੱਤ ਦੇ ਭਲੇ ਦੀ ਭਾਵਨਾ ਮਨ ਵਿੱਚ ਰੱਖਣੀ ਆ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਪਹਿਲਾ ਸਿਧਾਂਤ ਇਹ ਆ ਕਿ ਜੇ ਸਾਨੂੰ ਖੁਸ਼ੀਆਂ ਚਾਹੀਦੀਆਂ ਨੇ ਫਿਰ ਸਾਨੂੰ ਖੁਸ਼ੀਆਂ ਵੰਡਣੀਆਂ ਪੈਣੀਆਂ ਹੈ। ਜੋ ਚੀਜ਼ ਅਸੀਂ ਦੂਜਿਆਂ ਨੂੰ ਦਿੰਦੇ ਹਾਂ ਉਹੀ ਚੀਜ਼ ਦੁੱਗਣੀ ਚੌਗਣੀ ਹੋ ਕੇ ਸਾਡੇ ਕੋਲ ਵਾਪਸ ਮੁੜਦੀ ਆ। ਤਾਂ ਫਿਰ ਹਮੇਸ਼ਾ ਭਲੇ ਦੀ ਭਾਵਨਾ ਮਨ ਦੇ ਵਿੱਚ ਰੱਖਣੀ ਆ, ਕਦੇ ਵੀ ਕਿਸੇ ਬਾਰੇ ਨਾ ਮਾੜਾ ਸੋਚਣਾ, ਨਾ ਕਦੇ ਕਿਸੇ ਦਾ ਮਾੜਾ ਕਰਨਾ। ਤਾਂ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਆਪਣਾ ਮਾੜਾ ਕਦੇ ਵੀ ਹੋਣ ਨਹੀਂ ਦੇਣਗੇ, ਇਹ ਗੱਲ ਹਮੇਸ਼ਾ ਯਾਦ ਰੱਖਿਓ। ਜਿੰਨਾ ਹੀ ਅਸੀਂ ਦੂਜਿਆਂ ਬਾਰੇ ਚੰਗਾ ਸੋਚਦੇ ਹਾਂ, ਚੰਗਾ ਕਰਦੇ ਹਾਂ ਨਾ, ਸਾਡਾ ਕੀਤਾ ਹੋਇਆ ਚੰਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸੇ ਨਾ ਕਿਸੇ ਵੇਲੇ ਸਾਡੇ ਅੱਗੇ ਜ਼ਰੂਰ ਆਉਂਦਾ ਹੈ, ਅਤੇ ਜਦੋਂ ਆਉਂਦਾ ਹੈ ਨਾ ਕਈ ਗੁਣਾ ਵੱਧ ਕੇ ਆਉਂਦਾ ਹੈ। ਅਸੀਂ ਹੀ ਕਈ ਵਾਰ ਕਾਲੇ ਪੈ ਜਾਂਦੇ ਹਾਂ, ਅਸੀਂ ਕਹਿੰਦੇ ਹਾਂ ਵੀ ਜੋ ਵੀ ਅਸੀਂ ਚੰਗੇ ਕੰਮ ਕਰਦੇ ਹਾਂ ਨਾ ਉਹਨਾਂ ਦਾ ਨਤੀਜਾ ਸਾਨੂੰ ਨਾਲ ਦੀ ਨਾਲ ਮਿਲੇ। ਸਵੇਰੇ ਅਸੀਂ ਪੁੰਨ ਦਾਨ ਕੋਈ ਸੇਵਾ ਕਰਕੇ ਆਏ ਹਾਂ ਅਤੇ ਰਾਤ ਨੂੰ ਆਉਂਦਿਆਂ ਨੂੰ ਸਾਡੇ ਖਜ਼ਾਨੇ ਹੈ ਭਰ ਜਾਣ, ਪਰ ਨਹੀਂ, ਕਈ ਵਾਰ ਸਾਡੇ ਮਾੜੇ ਕਰਮਾਂ ਦੇ ਲੇਖੇ ਜੋਖੇ ਹੀ ਬਹੁਤ ਹੁੰਦੇ ਆ ਕਿ ਜਦੋਂ ਅਸੀਂ ਚੰਗੇ ਕੰਮ ਕਰਦੇ ਹਾਂ ਪਹਿਲਾਂ ਉਹਨਾਂ ਦੀ ਪੂਰਤੀ ਹੁੰਦੀ ਆ। ਜਿੰਨੇ ਚੰਗੇ ਕੰਮ ਕਰਾਂਗੇ, ਚੰਗੇ ਕਰਮ ਕਮਾਵਾਂਗੇ, ਮਾੜੇ ਕਰਮ ਕੱਟੇ ਜਾਣਗੇ। ਤਾਂ ਜੇਕਰ ਚੰਗੇ ਕੰਮ ਕਰਕੇ ਵੀ ਅਜੇ ਜਾਣ ਸੌਖੀ ਨਹੀਂ ਨਾ ਹੋਈ, ਇਹਦਾ ਮਤਲਬ ਇਹ ਨਹੀਂ ਆ ਵੀ ਚੰਗੇ ਕੰਮ ਕਰਨ ਦਾ ਕੋਈ ਫਾਇਦਾ ਹੀ ਨਹੀਂ ਆ, ਚੰਗੇ ਕੰਮ ਕਰਨੇ ਛੱਡ ਦੇਣੇ ਆ।
ਕਿਸੇ ਦਾ ਭਲਾ ਕਰਨਾ ਛੱਡ ਦੇਣਾ ਨਾ, ਉੱਥੇ ਇਹ ਸਮਝਣਾ ਵੀ ਅਜੇ ਮੇਰੇ ਮਾੜੇ ਕਰਮਾਂ ਦੀ ਪੂਰਤੀ ਹੋ ਰਹੀ ਆ, ਮਾੜੇ ਕਰਮ ਕੱਟੇ ਜਾ ਰਹੇ ਨੇ, ਬਸ ਚੰਗਿਆਂ ਦੀ ਵਾਰੀ ਆਉਣ ਹੀ ਵਾਲੀ ਆ। ਜਿੱਦਣ ਮਾੜੇ ਲੇਖੇ ਮਾੜੇ ਕਰਮ ਚੰਗਿਆਂ ਕਰਮਾਂ ਨੇ ਕੱਟ ਦਿੱਤੇ, ਉਸੇ ਦਿਨ ਤੋਂ ਫਿਰ ਜਾਣ ਸੌਖੀ ਹੋ ਜਾਵੇਗੀ। ਤਾਂ ਚੰਗੇ ਕਰਮ ਕਮਾਉਣੇ ਨਹੀਂ ਛੱਡਣੇ, ਹਮੇਸ਼ਾ ਸਰਬੱਤ ਦੇ ਭਲੇ ਦੀ ਭਾਵਨਾ ਰੱਖਣੀ ਆ, ਆਪਣੀ ਨੀਅਤ ਸੱਚੀ ਸੁੱਚੀ ਰੱਖਣੀ ਆ। ਸਿਆਣੇ ਕਹਿੰਦੇ ਹੁੰਦੇ ਆ ਨਾ ਕਿ ਨੀਤਾਂ ਨੂੰ ਮੁਰਾਦਾਂ ਮਿਲਦੀਆਂ ਨੇ, ਤੇ ਫਿਰ ਆਪਣੀ ਨੀਤ ਨੂੰ ਸੱਚੀ ਸੁੱਚੀ ਰੱਖਣਾ ਹੈ, ਨੀਤ ਵਿੱਚ ਖੋਟ ਨਹੀਂ ਆਉਣ ਦੇਣੀ। ਜਿੱਥੇ ਵੀ ਜਾਓ ਉੱਥੋਂ ਅਸੀਸਾਂ ਖੱਟਣ ਦੀ ਕੋਸ਼ਿਸ਼ ਕਰੋ। ਕਦੇ ਵੀ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ, ਕਦੇ ਵੀ ਕਿਸੇ ਦੀ ਮਜਬੂਰੀ ਦਾ ਫਾਇਦਾ ਨਹੀਂ ਚੁੱਕਣਾ ਚਾਹੀਦਾ, ਕਦੇ ਵੀ ਕਿਸੇ ਮਜਬੂਰ ਬੰਦੇ ਦੇ ਉੱਤੇ ਹੱਸਣਾ ਨਹੀਂ ਚਾਹੀਦਾ। ਜੇ ਦੁਖੀ ਬੰਦੇ ਦਾ ਆਪਾਂ ਦਰਦ ਵਡਾ ਨਹੀਂ ਸਕਦੇ ਤਾਂ ਘੱਟੋ ਘੱਟ ਉਹਦਾ ਦਰਦ ਵਧਾਉਣਾ ਵੀ ਨਹੀਂ ਚਾਹੀਦਾ, ਉਹਦੇ ਦੁੱਖ ਦਰਦ ਦਾ ਮਜ਼ਾਕ ਵੀ ਨਹੀਂ ਉਡਾਉਣਾ। ਆਪਣੀ ਜ਼ਿੰਦਗੀ ਨੂੰ ਸੋਹਣਾ ਸੌਖਾ ਬਣਾਉਣ ਦੇ ਇਹ ਹੀ ਤਰੀਕੇ ਨੇ ਕਿ ਆਪਾਂ ਕਿ ਦੂਜਿਆਂ ਦੇ ਲਈ ਖੁਸ਼ੀਆਂ ਮੰਗੀਏ, ਦੂਜਿਆਂ ਦੇ ਲਈ ਸੁੱਖ ਮੰਗੀਏ। ਦੂਜਿਆਂ ਨੂੰ ਸੁਖੀ ਹੁੰਦੇ ਵੇਖ ਕੇ ਸੜਨਾ ਨਹੀਂ ਆ, ਉਹਨਾਂ ਦੀ ਖੁਸ਼ੀ ਦੇ ਵਿੱਚ ਸ਼ਾਮਿਲ ਹੋਣਾ ਹੈ। ਕੋਈ ਪਤਾ ਨਹੀਂ ਹੁੰਦਾ ਕਿ ਸਾਡੀ ਕਿਸਮਤ ਵੀ ਉਹਨਾਂ ਦੇ ਨਾਲ ਹੀ ਜੁੜੀ ਹੋਵੇ। ਪਹਿਲਾਂ ਉਹਨਾਂ ਨੂੰ ਰੱਬ ਨੇ ਕੁਝ ਦੇਣਾ ਹੈ, ਉਹਨਾਂ ਦੇ ਰਾਹੀਂ ਸਾਨੂੰ ਦੇਣਾ ਹੋਵੇ। ਤਾਂ ਕਈ ਵਾਰ ਅਸੀਂ ਉਹਨਾਂ ਤੋਂ ਈਰਖਾ ਕਰਦੇ ਰਹਿੰਦੇ ਹਾਂ, ਉਹਨਾਂ ਦੇ ਨਾਲ ਸੜਦੇ ਭੁੱਜਦੇ ਰਹਿੰਦੇ ਹਾਂ ਅਤੇ ਆਪਣੇ ਚੰਗੇ ਕਰਮਾਂ ਨੂੰ ਵੀ ਖਰਾਬ ਕਰ ਲੈਂਦੇ ਹਾਂ। ਸੋ ਜਦੋਂ ਵੀ ਕੋਈ ਭੈਣ ਭਰਾ ਅੱਗੇ ਵੱਧਦਾ ਹੈ, ਉਹਦੀ ਤਰੱਕੀ ਨੂੰ ਦੇਖ ਕੇ ਕਦੇ ਵੀ ਸੜਨਾ ਨਹੀਂ ਚਾਹੀਦਾ। ਉਹਦੀ ਤਰੱਕੀ ਨੂੰ ਦੇਖ ਕੇ, ਉਹਦੀ ਖੁਸ਼ੀ ਨੂੰ ਦੇਖ ਕੇ ਖੁਸ਼ ਹੋਣਾ ਹੈ, ਉਹਦੀ ਖੁਸ਼ੀ 'ਚ ਸ਼ਾਮਿਲ ਹੋਣਾ ਹੈ। ਆਪਣੇ ਪਰਿਵਾਰ ਦੇ ਵਿੱਚ ਹਮੇਸ਼ਾ ਪ੍ਰੇਮ ਪਿਆਰ ਏਕਤਾ ਬਣਾ ਕੇ ਰੱਖਣੀ ਆ, ਕਿਉਂਕਿ ਪਿਆਰ ਕਿਉਂਕਿ ਪਰਿਵਾਰ ਸਾਡੀ ਕਮਜ਼ੋਰੀ ਵੀ ਆ ਅਤੇ ਸਾਡੀ ਤਾਕਤ ਵੀ ਆ। ਜੇ ਪਰਿਵਾਰ ਸਾਡੇ ਨਾਲ ਆ ਤਾਂ ਸਾਡੀ ਤਾਕਤ ਆ, ਫਿਰ ਦੁਨੀਆਂ ਦਾ ਕੋਈ ਵੀ ਕੰਮ ਕੋਈ ਵੀ ਤਾਕਤ ਸਾਡੇ ਅੱਗੇ ਠਹਿਰ ਨਹੀਂ ਸਕਦੀ, ਸਾਨੂੰ ਨੁਕਸਾਨ ਨਹੀਂ ਪਹੁੰਚਾ ਸਕਦੀ। ਪਰ ਜੇਕਰ ਉਹੀ ਪਰਿਵਾਰ ਸਾਡੇ ਖਿਲਾਫ ਹੋ ਗਿਆ, ਸਾਡੇ ਵਿਰੁੱਧ ਹੋ ਗਿਆ, ਤਾਂ ਫਿਰ ਸਾਨੂੰ ਭਾਈ ਕੋਈ ਬਚਾ ਵੀ ਨਹੀਂ ਸਕਦਾ। ਤਾਂ ਪਰਿਵਾਰ ਦੇ ਵਿੱਚ ਪ੍ਰੇਮ ਪਿਆਰ ਏਕਤਾ ਇਤਫਾਕ ਹੋਵੇ ਤਾਂ ਉਹ ਘਰ ਹਮੇਸ਼ਾ ਅੱਗੇ ਵੱਧਦੇ ਆ। ਸੋ ਜੇਕਰ ਇਹ ਗੱਲਾਂ ਤੁਹਾਨੂੰ ਚੰਗੀਆਂ ਲੱਗੀਆਂ ਨੇ ਤਾਂ ਫਿਰ ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਅਪਣਾਇਓ ਜੀ। ਪਰ ਜੇਕਰ ਕੋਈ ਵੀ ਗੱਲ ਵਿੱਚੋਂ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਸੁਣ ਕੇ ਉੱਥੇ ਛੱਡ ਦਿਓ ਅਤੇ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮੁਆਫ ਕਰ ਦੇਣਾ। ਕਿਉਂਕਿ ਕਦੇ ਵੀ ਕੋਈ ਗੱਲ ਕਿਸੇ ਦੇ ਮਨ ਨੂੰ ਠੇਸ ਪਹੁੰਚਾਉਣ ਦੇ ਲਈ ਨਹੀਂ ਕੀਤੀ ਜਾਂਦੀ, ਕਿਸੇ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਨਹੀਂ ਕੀਤੀ ਜਾਂਦੀ। ਹਰ ਇੱਕ ਵੀਡੀਓ ਬਣਾਉਣ ਦੇ ਪਿੱਛੇ ਦਾ ਮਕਸਦ ਇਹ ਹੁੰਦਾ ਹੈ ਕਿ ਅਸੀਂ ਆਪਣੇ ਗੁਰੂ ਦੇ ਲੜ ਲੱਗੀਏ, ਗੁਰੂ ਦਾ ਗਿਆਨ ਹਾਸਲ ਕਰਕੇ ਗੁਰੂ ਦੇ ਉਪਦੇਸ਼ ਦੇ ਅਨੁਸਾਰ ਚੱਲੀਏ, ਆਪਣੀ ਜ਼ਿੰਦਗੀ ਨੂੰ ਸੋਹਣਾ ਅਤੇ ਸੌਖਾ ਬਣਾਈਏ। ਕਿਉਂਕਿ ਗੁਰਬਾਣੀ ਦਾ ਗਿਆਨ ਹੀ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਦੱਸਦਾ ਹੈ। ਅਸੀਂ ਚੰਗੀਆਂ ਆਦਤਾਂ ਅਪਣਾਈਏ, ਚੰਗੇ ਕਰਮ ਕਮਾਈਏ।